ਵੈਲਕਮ ਟੂ ਧੀਰ ਐਜੂਕੇਸ਼ਨ YouTube ਚੈਨਲ ਹਾਂਜੀ ਜਿਹੜੇ ਸਟੂਡੈਂਟ ਸਾਡੇ ਚੈਨਲ ਤੇ ਨਵੇਂ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸਾਡਾ ਟੈਲੀਗ੍ਰਾਮ ਤੇ ਇੰਸਟਾਗ੍ਰਾਮ ਜੁਆਇਨ ਕਰਨ ਲਈ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ ਉੱਥੇ ਜਾ ਕੇ ਤੁਸੀਂ ਸਾਨੂੰ ਜੁਆਇਨ ਕਰ ਸਕਦੇ ਹੋ ਹਾਂਜੀ ਜੋ ਫਸਟ ਸ਼ਿਫਟ ਦੇ ਕੁਐਸਚਨ ਦੀ 7 ਸਤੰਬਰ ਨੂੰ ਆਈ ਸੀ ਇਨਵੈਸਟੀਗੇਸ਼ਨ ਤੇ ਇੰਟੈਲੀਜੈਂਟ ਕੈਡਰ ਦੇ ਉਹ ਤੁਹਾਨੂੰ ਪਹਿਲਾਂ ਕਰਾ ਦਿੱਤੇ ਸੀ ਤੇ ਇਸ ਸ਼ਿਫਟ ਦੇ ਵਿੱਚ ਜੋ ਸੈਕੰਡ ਸ਼ਿਫਟ ਹੈ ਉਸ ਦੇ ਬਾਰੇ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਇਹ ਕੁਝ ਜੋ ਫਰਸਟ ਸ਼ਿਫਟ ਦੇ ਕੁਸ਼ਨ ਸੀ ਉਹ ਵੀ ਆਪਾਂ ਐਂਡ ਦੇ ਵਿੱਚ ਕਰਾਂਗੇ ਜੋ ਰਹਿ ਗਏ ਸੀ ਪੰਜ ਸੱਤ ਪ੍ਰੇਸ਼ਨ ਨੇ ਉਹ ਵੀ ਆਪਾਂ ਕਰਾਂਗੇ ਇਸ ਵੀਡੀਓ ਦੇ ਵਿੱਚ ਤੇ ਜਿਨ੍ਹਾਂ ਜਿਨ੍ਹਾਂ ਨੇ ਉਹ ਵੀਡੀਓ ਨਹੀਂ ਦੇਖੀ ਉਹ ਵੀਡੀਓ ਜਾ ਕੇ ਦੇਖ ਲਓ ਤੇ ਬਾਕੀ ਹੁਣ ਆਪਾਂ ਸੈਕੰਡ ਸ਼ਿਫਟ ਦੇ ਜੋ ਕੁਸ਼ਨ ਆਈ ਸੀ ਉਸ ਦੇ ਬਾਰੇ ਵਿੱਚ ਡਿਸਕਸ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਜੀਕੇ ਦੇ ਜੋ ਕੁਸ਼ਨ ਆਈ ਸੀ ਹਾਂਜੀ ਜੀਕੇ ਦੇ ਸਭ ਤੋਂ ਪਹਿਲਾ ਕੁਸ਼ਨ ਸੀ ਰੋਜਾਗਰੀ ਫੈਸਟੀਵਲ ਰਿਲੇਟਡ ਕੁਸ਼ਨ ਪੁੱਛਿਆ ਗਿਆ ਸੀ ਇਹ ਮੈਂ ਤੁਹਾਨੂੰ ਦੱਸ ਦਿੰਨਾ ਜੋ ਰੋਜਾਗਰੀ ਫੈਸਟੀਵਲ ਹੈ ਤ੍ਰਿਪੁਰਾ ਚ ਮਨਾਇਆ ਜਾਂਦਾ ਜੀ ਤ੍ਰਿਪੁਰਾ ਜੇ ਤੁਹਾਨੂੰ ਯਾਦ ਰੱਖਣਾ ਹੈ ਤ੍ਰਿਪੁਰਾ ਜੇ ਮਨਾਇਆ ਜਾਂਦਾ ਠੀਕ ਹੈ ਜੀ ਇਹ ਕਿਸ ਦੇ ਦੁਆਰਾ ਮਨਾਇਆ ਜਾਂਦਾ ਹੈ ਰਿਆਨ ਸਮੂਦਾਏ ਦੇ ਲੋਕਾਂ ਦੁਆਰਾ ਮਨਾਇਆ ਜਾਂਦਾ ਰਿਆਨ ਸਮੂਦਾਏ ਠੀਕ ਹੈ ਜੀ ਰਿਆਨ ਸਮੂਦਾਏ ਦੇ ਲੋਕਾਂ ਦੁਆਰਾ ਇਹ ਮਨਾਇਆ ਜਾਂਦਾ ਇਸ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੀਆਂ ਛੋਟੀਆਂ ਕੁੜੀਆਂ ਹੁੰਦੀਆਂ ਨੇ ਠੀਕ ਹੈ ਜੀ ਛੋਟੀਆਂ ਕੁੜੀਆਂ ਉਹ ਡਾਂਸ ਕਰਦੀਆਂ ਨੇ ਠੀਕ ਹੈ ਜੀ ਛੋਟੀਆਂ ਕੁੜੀਆਂ ਡਾਂਸ ਕਰਦੀਆਂ ਨੇ ਉਹ ਆਪਣੇ ਸਿਰ ਦੇ ਉੱਪਰ ਕੋਈ ਬੋਤਲ ਰੱਖ ਕੇ ਠੀਕ ਹੈ ਜੀ ਜਾਂ ਕੋਈ ਚੀਜ਼ ਰੱਖ ਕੇ ਆਪਣੇ ਸਿਰ ਦੇ ਉੱਪਰ ਉਹ ਡਾਂਸ ਕਰਦੀਆਂ ਨੇ ਤੇ ਹੋਜਾਗਰੀ ਫੈਸਟੀਵਲ ਹੈ ਜੋ ਇਹ ਤ੍ਰਿਪੁਰਾ ਦੇ ਵਿੱਚ ਮਨਾਇਆ ਜਾਂਦਾ ਹੈ ਨੈਕਸਟ ਕੁਐਸਚਨ ਹੁਣ ਆਪਾਂ ਦੇਖਦੇ ਹਾਂ ਜੀ ਹਾਂਜੀ ਨੈਕਸਟ ਕੁਐਸਚਨ ਹੈ ਜੀ ਕਾਰਚੀ ਪੂਜਾ ਤ੍ਰਿਪੁਰਾ ਚ ਕਿਉਂ ਮਨਾਉਂਦੇ ਹਨ ਹਾਂਜੀ ਸਭ ਤੋਂ ਪਹਿਲਾਂ ਤਾਂ ਅੱਗੇ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਕਾਰਚੀ ਪੂਜਾ ਕਿੱਥੇ ਮਨਾਈ ਜਾਂਦੀ ਹੈ ਇਹ ਸਭ ਤੋਂ ਪਹਿਲਾਂ ਤਾਂ ਇਸ ਦਾ ਆਨਸਰ ਹੈ ਤ੍ਰਿਪੁਰਾ ਦੇ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਇਹ ਅਗਾਰਤਲਾ ਦੇ ਵਿੱਚ ਮਨਾਈ ਜਾਂਦੀ ਹੈ ਜੀ ਅਗਾਰਤਲਾ ਤ੍ਰਿਪੁਰਾ ਦੇ ਵਿੱਚ ਠੀਕ ਹੈ ਜੀ ਅਗਾਰਤਲਾ ਤ੍ਰਿਪੁਰਾ ਦੇ ਵਿੱਚ ਇਹ ਕਾਰਚੀ ਪੂਜਾ ਮਨਾਈ ਜਾਂਦੀ ਹੈ ਇਸ ਦੇ ਵਿੱਚ ਕੀ ਕੀਤਾ ਜਾਂਦਾ ਹੈ ਵਰਸ਼ਿਪ ਕੀਤੀ ਜਾਂਦੀ ਹੈ ਵਰਸ਼ਿਪ ਆਫ 14 ਗੌਡਸ ਠੀਕ ਹੈ ਜੀ ਇਹ 14 ਗੌਡਸ ਦੀਸ ਦੇ ਵਿੱਚ ਵਰਸ਼ਿਪ ਕੀਤੀ ਜਾਂਦੀ ਹੈ ਠੀਕ ਹੈ ਜੀ ਇਹ ਤ੍ਰਿਪੁਰਾ ਦਾ ਹੀ ਮਤਲਬ ਇੱਕ ਫੈਸਟੀਵਲ ਹੈ ਜਿਵੇਂ ਆਪਣਾ ਪੰਜਾਬ ਦੇ ਵਿੱਚ ਫੈਸਟੀਵਲ ਨੇ ਆਕਨੇ ਇਹ ਤ੍ਰਿਪੁਰਾ ਦਾ ਫੈਸਟੀਵਲ ਹੈ ਜੋ ਉਹਨਾਂ ਦੀ ਮਤਲਬ ਦੁਆਰਾ ਮਨਾਇਆ ਜਾਂਦਾ ਹੈ ਠੀਕ ਹੈ ਜੀ ਇਸ ਦੇ ਵਿੱਚ ਜੋ ਪੂਜਾ ਕੀਤੀ ਜਾਂਦੀ ਹੈ 14 ਗੋਡਸ ਦੀ ਦੇ ਵਿੱਚ ਪੂਜਾ ਕੀਤੀ ਜਾਂਦੀ ਹੈ ਠੀਕ ਹੈ ਜੀ ਤੇ ਤ੍ਰਿਪੁਰਾ ਵਿੱਚ ਇਹ ਮਨਾਇਆ ਜਾਂਦਾ ਹੈ ਬਾਕੀ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਆਪਾਂ ਆਰਟੀਕਲ ਜਿਸ ਚ ਗਵਰਨਮੈਂਟ ਬਿਲ ਪ੍ਰੈਜ਼ੀਡੈਂਟ ਲਈ ਰਿਜ਼ਰਵ ਰੱਖਦਾ ਹੈ ਹਾਂਜੀ ਇਹ ਮੈਂ ਚੰਗੀ ਤਰ੍ਹਾਂੇ ਕੋਸ਼ਣ ਪਤਾ ਨਹੀਂ ਇਹ ਕੀ ਪੁੱਛਿਆ ਗਿਆ ਸੀ ਆਰਟੀਕਲ ਜਿਸ 'ਚ ਗਵਰਨਮੈਂਟ ਬਿਲ ਪ੍ਰੈਜ਼ੀਡੈਂਟ ਲਈ ਰਿਜ਼ਰਵ ਰੱਖਦਾ ਜੀ ਕਿਸੇ ਨੂੰ ਇਹ ਪਤਾ ਹੋਵੇ ਐਗਜ਼ੈਕਟ ਕੋਸ਼ਣ ਕੀ ਸੀ ਤਾਂ ਉਹ ਜਰੂਰ ਦੱਸ ਦਿਓ ਬਾਕੀ ਨਾਲ ਜੇ ਕਿਸੇ ਨੂੰ ਪਤਾ ਹੋਵੇ ਇਸ ਦਾ ਆਨਸਰ ਵੀ ਤਾਂ ਉਹ ਜਰੂਰ ਆਪਣੇ ਕਮੈਂਟ ਬਾਕਸ ਦੇ ਵਿੱਚ ਇਹਦਾ ਆਨਸਰ ਦੱਸ ਦਿਓ ਠੀਕ ਹੈ ਜੀ ਨੈਕਸਟ ਕੋਸ਼ਣ ਦੇਖਦੇ ਹਾਂ ਆਰਟੀਕਲ 4 ਐਡ ਹੌਕ ਜੱਜਿਸ ਆਫ ਸੁਪਰੀਮ ਕੋਰਟ ਠੀਕ ਹੈ ਜੀ ਇੱਕ ਜੱਜਿਸ ਹੁੰਦੇ ਨੇ ਜਿਸ ਨੂੰ ਕਿਹਾ ਜਾਂਦਾ ਹੈ ਐਡ ਹੌਕ ਜੱਜਿਸ ਐਡ ਹੋਕ ਜੱਜਿਸ ਹੁਣ ਤੁਹਾਨੂੰ ਮੈਂ ਇਸ ਦੇ ਬਾਰੇ ਦੱਸ ਦਿੰਦਾ ਜੀ ਇਹ ਐਡ ਹੋਕ ਜੱਜਿਸ ਨੇ ਇਹ ਆਰਟੀਕਲ ਕਿੰਨੇ ਦੇ ਵਿੱਚ ਆਉਂਦੇ ਨੇ ਸਭ ਤੋਂ ਪਹਿਲਾਂ ਤੇ ਆਰਟੀਕਲ 127 ਠੀਕ ਹੈ ਜੀ ਆਰਟੀਕਲ 127 ਦੇ ਵਿੱਚ ਇਹ ਐਡ ਹੋਕ ਜੱਜਿਸ ਆਉਂਦੇ ਨੇ ਠੀਕ ਹੈ ਜੀ ਇਹ ਕਿਉਂ ਐਡ ਹੋਕ ਜੱਜਿਸ ਮਤਲਬ ਜੇ ਆਪਣਾ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਸੁਪਰੀਮ ਕੋਰਟ ਹੈ ਸੁਪਰੀਮ ਕੋਰਟ ਦੇ ਵਿੱਚ ਜਜ ਪੂਰੇ ਨਾ ਹੋਣ ਮਤਲਬ ਜਿੰਨੇ ਮਿਨੀਮਮ ਜੱਜ ਚਾਹੀਦੇ ਨੇ ਉਹ ਪੂਰੇ ਨਾ ਹੋਣ ਤੇ ਜਿਹੜਾ ਆਪਣਾ ਚੀਫ ਜਸਟਿਸ ਆਫ ਇੰਡੀਆ ਹੈ ਜੀ ਉਹ ਪੁਆਇੰਟ ਕਰਦਾ ਹੈ ਐਡ ਹੋਕ ਜੱਜਸ ਨੂੰ ਫਿਰ ਅਪੁਆਇੰਟ ਕਰਦਾ ਹੈ ਐਡ ਹੋਕ ਜੱਜਿਸ ਨੂੰ ਠੀਕ ਆ ਜੀ ਇਹ ਕਿੱਥੋਂ ਅਪੁਆਇੰਟ ਕਰਦਾ ਇਹ ਇਹ ਹਾਈ ਕੋਰਟ ਦੇ ਜੱਜਸ ਨੂੰ ਅਪੁਆਇੰਟ ਕਰਦਾ ਟੈਂਪਰੀ ਤੌਰ ਤੇ ਠੀਕ ਆ ਜੀ ਹਾਈ ਕੋਰਟ ਦੇ ਜੱਜ ਨੂੰ ਅਪੁਆਇੰਟ ਕਰਦਾ ਹਾਈ ਕੋਰਟ ਦੇ ਜੱਜ ਨੂੰ ਠੀਕ ਆ ਜੀ ਅਪੁਆਇੰਟ ਕਰਦਾ ਹੈ ਟੈਂਪਰੇਰੀ ਤੌਰ ਤੇ ਠੀਕ ਹੈ ਜੀ ਟੈਂਪਰੇਰੀ ਤੌਰ ਤੇ ਠੀਕ ਹੈ ਜੀ ਇਸ ਨੂੰ ਐਡ ਹੋਕ ਜਜਿਸ ਕਿਹਾ ਜਾਂਦਾ ਹੈ ਠੀਕ ਹੈ ਜੀ ਨੈਕਸਟ ਕੁਐਸਚਨ ਸਾਇੰਸ ਟੂ ਲਰਨ ਦਾ origin of word is noun age ਹਾਂਜੀ ਇਸ ਦਾ ਆਨਸਰ ਆਵੇਗਾ ਮੇਰੇ ਹਿਸਾਬ ਨਾਲ ਇਸ ਦਾ ਆਨਸਰ ਜੋ ਆਵੇਗਾ ਉਹ ਆਵੇਗਾ ਇਟੋਮੋਲੋਜੀ ਠੀਕ ਹੈ ਜੀ ਲੋ ਜੀ ਬਾਕੀ ਜੇ ਕੋਈ ਹੋਰ ਆਪਸ਼ਨ ਸੀ ਤੁਹਾਨੂੰ ਲੱਗਦਾ ਕੋਈ ਹੋਰ ਆਨਸਰ ਆਉਣਾ ਸੀ ਉਹ ਦੱਸ ਦਿਓ ਬਾਕੀ ਇਸ ਦਾ ਆਨਸਰ ਆਵੇਗਾ ਇਟੋਮੋਲੋਜੀ ਠੀਕ ਹੈ ਜੀ ਨੈਕਸਟ ਕੁਐਸ਼ਨ ਆਪਾਂ ਦੇਖ ਲੈਨੇ ਆ ਇੱਕ ਇਹ ਕੁਐਸ਼ਨ ਪੁੱਛਿਆ ਗਿਆ ਸੀ ਜੇ 4th 4 ਨਿਊਟਨ ਡਿਸਟੈਂਸ 30 ਮੀਟਰ ਆ ਤੇ ਵਰਕ ਹਾਂਜੀ ਇਹਦਾ ਫਾਰਮੂਲਾ ਦੱਸ ਦਿੰਨਾ ਇਹ ਤੁਸੀਂ ਕਰ ਲਿਓ ਵਰਕ ਬਰਾਬਰ 4th ਗੁਣਾ ਡਿਸਟੈਂਸ ਠੀਕ ਹੈ ਜੀ ਇਹ ਤੁਸੀਂ ਕਰ ਲਿਓ ਇਹ ਕੁਐਸ਼ਨ ਨਿਕਲਿਆਊ ਠੀਕ ਹੈ ਜੀ ਵਰਕ ਦਾ ਫਾਰਮੂਲਾ ਹੈ 4th ਗੁਣਾ ਡਿਸਟੈਂਸ ਇਹ ਕੁਐਸ਼ਨ ਵੀ ਪੁੱਛਿਆ ਗਿਆ ਸੀ ਤੁਸੀਂ ਸਾਇੰਸ ਵੀ ਚੰਗੀ ਤਰ੍ਹਾਂ ਕਰਕੇ ਜਾਣੀ ਆ ਸਾਇੰਸ ਦੇ ਵਿੱਚੋਂ ਵੀ ਬਹੁਤ ਕੁਐਸ਼ਨ ਪੁੱਛੇ ਜਾ ਰਹੇ ਨੇ ਹਾਂਜੀ ਇਹ ਕੁਐਸਚਨ ਪੁੱਛਿਆ ਗਿਆ ਸੀ ਲਿੰਕ ਬਿਟਵੀਨ ਗ੍ਰਾਮ ਪੰਚਾਇਤ ਐਂਡ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਇਜ਼ ਕਾਲਡ ਹਾਂਜੀ ਇਹ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਜਦੋਂ ਬਲੌਕ ਸਮਤੀ ਮੈਂ ਕਰਾਈ ਸੀ ਪਹਿਲੀ ਵੀਡੀਓ ਦੇ ਵਿੱਚ ਸ਼ਿਫਟ 1 ਦੇ ਵਿੱਚ ਇਹਦੇ ਨਾਲ ਦਾ ਰਿਲੇਟਿਡ ਕੁਐਸਚਨ ਆਇਆ ਸੀ ਬਲੌਕ ਸਮਤੀ ਮੈਂ ਉਹਦੇ ਵਿੱਚ ਤੁਹਾਨੂੰ ਸਾਰੀ ਡਿਟੇਲ ਨਾਲ ਦੱਸਿਆ ਸੀ ਤੇ ਇਸ ਦਾ ਕੁਐਸਚਨ ਇਹ ਵੀ ਮੈਂ ਤੁਹਾਨੂੰ ਦੱਸਿਆ ਸੀ ਕਿ ਗ੍ਰਾਮ ਪੰਚਾਇਤ ਐਂਡ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਬਿਟਵੀਨ ਦਾ ਜੋ ਲਿੰਕ ਕਰਦੀ ਆ ਉਹ ਕਰਦੀ ਆ ਬਲੌਕ ਸਮਿਤੀ ਠੀਕ ਆ ਜੀ ਉਹਨਾਂ ਨੇ ਇਹ ਕੁਸ਼ਣ ਪੁੱਛ ਲਿਆ ਇਹ ਵੀ ਮੈਂ ਤੁਹਾਨੂੰ ਪਹਿਲਾਂ ਦੱਸਤਾ ਸੀ ਤੇ ਇਸ ਦਾ ਅਨਸਰ ਆਊਗਾ ਬਲੌਕ ਸਮਿਤੀ ਠੀਕ ਆ ਜੀ ਨੈਕਸਟ ਕੁਸ਼ਣ ਆਪਾਂ ਦੇਖਦੇ ਹਾਂ ਹਾਂਜੀ ਟੋਟਲ ਐਕਸਪੈਂਡੀਚਰ ਫਿਕਸਡ ਫੋਰ ਜਿਲ੍ਹਾ ਪ੍ਰੀਸ਼ਦ ਇਨ 1 ਇਅਰ ਹਾਂਜੀ ਸਰਕਾਰ ਦੁਆਲਾ ਦੁਆਰਾ ਜੋ ਟੋਟਲ ਐਕਸਪੈਂਡੀਚਰ ਆ ਫਿਕਸਡ ਕੀਤਾ ਜਾਂਦਾ ਹੈ ਜਿਲ੍ਹਾ ਪ੍ਰੀਸ਼ਦ ਨੂੰ ਠੀਕ ਆ ਜੀ ਇਹ ਵੀ ਕੁਸ਼ਣ ਤੁਸੀਂ ਜਿਸ ਨੂੰ ਇਸ ਦਾ ਅਨਸਰ ਪਤਾ ਹੋਵੇ ਉਹ ਦੱਸ ਦਿਓ ਕਿ ਸੀ ਆਪਸ਼ਨ ਦੇ ਵਿੱਚ ਤੇਜ ਦਾ ਆਨਸਰ ਦੱਸ ਦਿਓ ਇੱਕ ਇਹ ਕੁਐਸ਼ਨ ਪੁੱਛਿਆ ਗਿਆ ਸੀ ਠੀਕ ਹੈ ਜੀ ਨੈਕਸਟ ਕੁਐਸ਼ਨ ਆਪਾਂ ਦੇਖਦੇ ਹਾਂ ਕੁਐਸ਼ਨ ਅੱਜ ਬਹੁਤ ਹੋ ਗਏ ਇਸ ਕਰਕੇ ਬਸ ਇੰਨਾ ਡਿਟੇਲ ਦੇ ਵਿੱਚ ਮੈਂ ਨਹੀਂ ਸਮਝਾਉਂਗਾ ਕਿਉਂਕਿ ਬਹੁਤ ਕੁਐਸ਼ਨ ਨੇ ਤੇ ਹੋਰ ਸਾਨੂੰ ਕੁਐਸ਼ਨ ਰਾਤ ਆ ਗਏ ਸੀ ਉਹ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਜਿਹੜੇ 2-4 ਕੁਐਸ਼ਨ ਰਹਿ ਗਏ ਉਹ ਵੀ ਜਰੂਰ ਦੱਸ ਦਵਾਂਗੇ ਠੀਕ ਹੈ ਜੀ ਹਾਂਜੀ ਇਹ ਕੁਐਸ਼ਨ ਪੁੱਛਿਆ ਗਿਆ ਸੀ 2020 ਦਾ ਬੁਕਰ ਪ੍ਰਾਈਜ਼ winner ਫੋਰ ਵਿਚ ਨੋਵਲ ਹਾਂਜੀ ਸਭ ਤੋਂ ਪਹਿਲਾਂ ਤਾਂ ਜੋ 2020 ਦਾ ਬੁਕਰ ਪ੍ਰਾਈਜ਼ ਹੈ ਉਹ ਕਿਸ ਨੇ ਜਿੱਤਿਆ ਸੀ ਉਹ ਜਿੱਤਿਆ ਸੀ ਡੌਗਲਸ ਸਟਾਰਟ ਡੌਗਲਸ ਸਟਾਰਟ ਨੇ ਜਿੱਤਿਆ ਸੀ ਜੀ ਇਹ ਠੀਕ ਹੈ ਜੀ ਤੇ ਇਸ ਦਾ ਨੋਬਲ ਕਿਹੜਾ ਸੀ ਉਹ ਵੀ ਮੈਂ ਤੁਹਾਨੂੰ ਦੱਸ ਦਿੰਨਾ ਨੋਬਲ ਸੀ ਜੀ ਸ਼ੱਗੀ ਸ਼ੱਗੀ ਬੈਨ ਸ਼ੱਗੀ ਬੈਨ ਇਹਨਾਂ ਦਾ ਨੋਬਲ ਸੀ ਇਹਨਾਂ ਨੇ ਜਿੱਤਿਆ ਸੀ ਜੀ 2020 ਦਾ ਬੁਕਰ ਪ੍ਰਾਈਜ਼ ਠੀਕ ਹੈ ਜੀ ਹੁਣ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਆਪਾਂ 2020 ਦਾ ਜੇਸੀਬੀ ਉਵਾਰ ਕਿਸ ਨੂੰ ਮਿਲਿਆ ਸੀ ਹਾਂਜੀ ਜੋ ਜੇਸੀਬੀ ਵਾਰਸੀ ਜੋ 2020 ਦਾ ਉਹ ਮਿਲਿਆ ਸੀ ਐਸ ਹਰੀਸ਼ ਨੂੰ ਐਸ ਹਰੀਸ਼ ਨੂੰ ਮਿਲਿਆ ਸੀ ਇਹ ਕਿੱਥੇ ਦੇ ਨੇ ਜੀ ਇਹ ਮਲਿਆਲਮ ਰਾਈਟਰ ਨੇ ਮਲਿਆਲਮ ਰਾਈਟਰ ਨੇ ਜੀ ਇਹਨਾਂ ਨੂੰ ਠੀਕ ਹੈ ਜੀ ਇਹਨਾਂ ਨੂੰ ਕੀ ਮਿਲਿਆ ਸੀ 25 ਲੱਖ ਰੁਪਏ ਮਿਲਿਆ ਸੀ ਠੀਕ ਹੈ ਜੀ 25 ਲੱਖ ਮਿਲਿਆ ਸੀ ਤੇ ਇਹਨਾਂ ਦਾ ਜੋ ਨੋਬਲ ਸੀ ਉਹਦਾ ਨਾਮ ਸੀ ਮਸਟੈਚ ਮਸਟੈਚ ਠੀਕ ਹੈ ਜੀ ਇਹ ਇਹਨਾਂ ਦਾ ਨੋਬਲ ਦਾ ਨਾਮ ਸੀ ਨੈਕਸਟ ਕੁਐਸਚਨ ਆਪਾਂ ਦੇਖਦੇ ਹਾਂ ਜੀ ਵਿਚ ਸੈੱਲ ਇਜ਼ ਯੂਜ਼ਡ ਇਨ ਐਂਟੀਬਾਡੀਜ਼ ਹਾਂਜੀ ਐਂਟੀਬਾਡੀਜ਼ ਦੇ ਵਿੱਚ ਕਿਹੜਾ ਸੈੱਲ ਯੂਜ਼ ਹੁੰਦਾ ਇਸ ਦਾ ਆਨਸਰ ਆਉਣਾ ਸੀ ਲਿੰਫੋਸਾਈਟਸ ਲਿੰਫੋਸਾਈਟਸ ਠੀਕ ਹੈ ਜੀ ਸਾਇੰਸ ਵੀ ਚੰਗੀ ਤਰ੍ਹਾਂ ਕਰਕੇ ਜਾਓ ਜੀ ਬਹੁਤ ਕੁਐਸਚਨ ਪੁੱਛੇ ਜਾ ਰਹੇ ਨੇ ਸਾਇੰਸ ਤੋਂ ਕਮਨ ਕਰੰਟ ਅਫੇਅਰ ਚੋਂ ਠੀਕ ਹੈ ਜੀ ਅਗਲਾ ਕੁਐਸਚਨ ਪੰਜਾਬ ਚ ਮਾਂ ਮਾ ਆਪਣੇ ਪੁੱਤ ਦੀ ਹੈਲਥ ਕਾਮਯਾਬੀ ਲਈ ਵਰਤ ਰੱਖਦੀਆਂ ਹਨ ਉਸ ਵਰਤ ਦਾ ਨਾਮ ਕੀ ਹੈ ਹਾਂਜੀ ਜਿਹੜਾ ਇਹ ਕੁਐਸਚਨ ਸਾਨੂੰ ਜਿਸ ਨੇ ਭੇਜਿਆ ਹੈ ਉਹ ਕੈਂਡੀਡੇਟ ਮਤਲਬ ਟਿਕ ਕਰਕੇ ਆਇਆ ਉਸ ਦਾ ਆਨਸਰ ਜਾਗਰੀਆ ਵਰਤ ਠੀਕ ਹੈ ਜੀ ਜਾਗਰੀਆ ਵਰਤ ਬਾਕੀ ਜੇ ਕਿਸੇ ਨੂੰ ਹੋਰ ਪਤਾ ਹੋਵੇ ਇਸ ਦਾ ਬੈਸਟ ਦਾ ਸਹੀ ਆਨਸਰ ਜਾਗਰੀਆ ਵਰਤੀ ਆਉ ਜੇ ਕਿਸੇ ਨੂੰ ਲੱਗਦਾ ਹੋਵੇ ਕਿ ਹੋਰ ਆਨਸਰ ਆ ਉਹ ਵੀ ਆਪਣਾ ਕਮੈਂਟ ਬਾਕਸ ਦੇ ਨੀਚੇ ਕਮੈਂਟ ਕਰ ਦਿਓ ਨੈਕਸਟ ਕੁਐਸਚਨ ਜੀ ਪੀਐਮ ਇਹ ਤੁਹਾਨੂੰ ਮੈਂ ਦੱਸ ਦਿੰਨਾ ਜੀ ਇਹ ਕਿਸਾਨ ਯੋਜਨਾਵਾਂ ਬਾਰੇ ਪੁੱਛੇ ਗਏ ਸੀ ਜੋ ਯੋਜਨਾਵਾਂ ਚੱਲਦੀਆਂ ਨੇ ਪੀਐਮ ਖਰੀਸੀ ਉਦਾਨ ਯੋਜਨਾ ਪੀਐਮ ਗਰੀਬ ਕਿਸਾਨ ਯੋਜਨਾ ਪੀਐਮ ਸ਼ਰਮ ਜੋਗੀ ਯੋਜਨਾ ਇਹ ਜਿੰਨੀਆਂ ਵੀ ਯੋਜਨਾਵਾਂ ਨੇ ਇਹ ਤੁਸੀਂ ਸਾਰੀਆਂ ਚੰਗੀ ਤਰ੍ਹਾਂ ਕਰਕੇ ਜਾਣੀਆਂ ਨੇ ਇਹ ਪੇਪਰ ਦੇ ਵਿੱਚ ਯੋਜਨਾਵਾਂ ਪੁੱਛੀਆਂ ਜਾ ਰਹੀਆਂ ਨੇ ਅੱਗੇ ਆਉਣ ਵਾਲੇ ਪੇਪਰ ਦੇ ਜਿਹੜੇ ਰਹਿ ਗਏ ਸ਼ਿਫਟਾਂ ਉਹਦੇ ਵਿੱਚ ਵੀ ਤੁਹਾਨੂੰ ਪੁੱਛਿਆ ਜਾ ਸਕਦਾ ਤੇ ਇਹ ਚੰਗੀ ਤਰ੍ਹਾਂ ਪੜ੍ਹ ਕੇ ਜਾਇਓ ਜੀ ਠੀਕ ਹੈ ਜੀ ਨੈਕਸਟ ਕੁਐਸਚਨ ਮੈਕਸਿਮਮ ਅਮਾਊਂਟ 기ਵਨ ਟੂ ਪ੍ਰੈਗਨੈਂਟ ਊਮਨ ਅੰਡਰ ਪੀਐਮ ਮਾਤ੍ਰੂ ਯੋਜਨਾ ਹਾਂਜੀ ਇਸ ਦੇ ਵਿੱਚ ਕਿੰਨੇ ਪੈਸੇ ਮਿਲਦੇ ਹਨ ਮੈਕਸਿਮਮ ਅਮਾਊਂਟ 5000 ਠੀਕ ਹੈ ਜੀ ਇਹ ਵੀ ਤੁਹਾਨੂੰ ਯਾਦ ਰੱਖਣਾ ਹੈ 5000 ਮਿਲਦਾ ਹੈ ਨੈਕਸਟ ਕੁਐਸਚਨ ਲਕਸ਼ਦੀਪ ਅੰਡਰ ਵਿਚ ਸਟੇਟ ਹਾਈ ਕੋਰਟ ਜਿਹੜਾ ਲਕਸ਼ਦੀਪ ਨੂੰ ਆ ਉਹ ਕਿਹੜਾ ਹਾਈ ਕੋਰਟ ਲੱਗਦਾ ਹੈ ਉਹ ਲੱਗਦਾ ਜੀ ਕੇਰਲਾ ਦਾ ਕੇਰਲਾ ਦਾ ਹਾਈ ਕੋਰਟ ਲੱਗਦਾ ਜੀ ਲਕਸ਼ਦੀਪ ਨੂੰ ਠੀਕ ਹੈ ਜੀ ਲਕਸ਼ਦੀਪ ਇੱਕ ਯੂਨੀਅਨ ਟੈਰੀਟਰੀ ਹੈ ਠੀਕ ਹੈ ਜੀ ਇਹ ਵੀ ਤੁਹਾਨੂੰ ਯਾਦ ਰੱਖਣਾ ਨੈਕਸਟ ਕੁਐਸਚਨ ਅਲੋਕੇਸ਼ਨ ਆਫ ਸੀਟਸ ਇਨ ਰਾਜਸਭਾ ਇਨ ਵਿਚ ਸ਼ੈਡਿਊਲ ਹਾਂਜੀ ਜਿਹੜਾ ਅਲੋਕੇਸ਼ਨ ਕੀਤਾ ਜਾਂਦਾ ਏ ਸੀਟਸ ਦਾ ਰਾਜਸਭਾ ਦੇ ਵਿੱਚ ਉਹ ਕਿਹੜੇ ਸ਼ੈਡਿਊਲ ਦੇ ਵਿੱਚ ਕੀਤਾ ਜਾਂਦਾ ਏ ਜੀ ਉਹ ਕੀਤਾ ਜਾਂਦਾ 4ਥ ਸ਼ੈਡਿਊਲ ਦੇ ਵਿੱਚ 4ਥ ਸ਼ੈਡਿਊਲ ਦੇ ਵਿੱਚ ਠੀਕ ਹੈ ਜੀ ਇਹ ਵੀ ਤੁਹਾਨੂੰ ਯਾਦ ਰੱਖਣਾ ਜੀ ਅਲੋਕੇਸ਼ਨ ਆਫ ਸੀਟਸ ਇਨ ਰਾਜਸਭਾ ਇਨ ਵਿੱਚ ਸ਼ੈਡਿਊਲ 4ਥ ਸ਼ੈਡਿਊਲ ਹੈ ਤੁਹਾਨੂੰ 12 ਸ਼ੈਡਿਊਲ ਹੁੰਦੇ ਨੇ ਸਾਰੇ ਸ਼ੈਡਿਊਲ ਪੜ੍ਹ ਕੇ ਜਾਣੇ ਨੇ ਇਹ ਕੋਈ ਔਖੀ ਗੱਲ ਨਹੀਂ ਜੀ ਇਹਨਾਂ ਦੇ ਵਿੱਚੋਂ ਪਹਿਲਾਂ ਵੀ ਸਬ ਇਨਸਪੈਕਟਰ ਦੇ ਪੇਪਰ ਵਿੱਚ ਬਹੁਤ ਕੁਐਸਚਨ ਪੁੱਛੇ ਗਏ ਨੇ ਤੇ ਅੱਗੇ ਆਉਣ ਵਾਲੇ ਹੈੱਡ ਕਨਸਟੇਬਲ ਕਨਸਟੇਬਲ ਦੇ ਵਿੱਚ ਵੀ ਬਹੁਤ ਕੁਐਸਚਨ ਪੁੱਛੇ ਜਾਣਗੇ ਨੈਕਸਟ ਕੁਐਸਚਨ ਹਾਊ many ਸ਼ੈਡਿਊਲ ਐਂਡ ਆਰਟੀਕਲ ਵਾਸ ਇਨ ਡਰਾਫਟ ਕਨਸਟੀਟਿਊਸ਼ਨ ਠੀਕ ਹੈ ਜੀ ਡਰਾਫਟ ਕਨਸਟੀਟਿਊਸ਼ਨ ਦੇ ਵਿੱਚ ਕਿੰਨੇ ਆਰਟੀਕਲ ਸੀ 315 ਦਾ ਆਰਟੀਕਲ ਸੀ 315 ਆਰਟੀਕਲ ਸੀ ਜੀ ਤੇ ਆਪਣੀ 18 ਪਾਰਟਸ ਸੀ ਤੇ 8 ਸ਼ੈਡਿਊਲ ਸੀ 315 ਆਰਟੀਕਲ 18 ਪਾਰਟਸ 8 ਸ਼ੈਡਿਊਲ ਜੇ ਹੁਣ ਦੀ ਗੱਲ ਕੀਤੀ ਜਾਵੇ ਨਾ ਕਿੰਨੇ ਆਰਟੀਕਲ ਕਿੰਨੇ ਪਾਰਟਸ ਤੇ ਕਿੰਨੇ ਸ਼ੈਡਿਊਲ ਨੇ ਹੁਣ 448 ਆਰਟੀਕਲ ਨੇ ਜੀ 448 ਆਰਟੀਕਲ ਨੇ 25 ਪਾਰਟਸ ਨੇ ਤੇ 12 ਸ਼ੈਡਿਊਲ ਨੇ 448 ਆਰਟੀਕਲ ਨੇ ਜੀ 25% ਦੇ 12 ਸ਼ੈਡਿਊਲ ਨੇ ਇਹ ਤੁਹਾਨੂੰ ਆਰਟੀਕਲ ਸਾਰੇ ਪਾਰਟਸ ਤੇ ਸ਼ੈਡਿਊਲ ਇਹ ਯਾਦ ਕਰਕੇ ਜਾਣੇ ਨੇ ਪੇਪਰ ਦੇ ਵਿੱਚ ਨੈਕਸਟ ਕੁਐਸਚਨ ਇੰਡੋ ਜਪਾਨ ਸੰਵਾਦ ਕਾਨਫਰੰਸ ਹਾਂਜੀ ਇਹ ਪ੍ਰਾਈਮ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਦੁਆਰਾ ਕੀਤੀ ਗਈ ਸੀ ਨਰਿੰਦਰ ਮੋਦੀ ਜੀ ਦੁਆਰਾ ਕੀਤੀ ਗਈ ਸੀ ਵੀਡੀਓ ਕਾਨਫਰੰਸ ਨਹੀਂ ਠੀਕ ਹੈ ਜੀ ਬਾਈ ਵੀਡੀਓ ਕਾਨਫਰੰਸ ਇਹ ਇੰਡੋ ਜਪਾਨ ਸੰਵਾਦ ਕਾਨਫਰੰਸ ਇਹ ਕੀਤੀ ਗਈ ਸੀ ਠੀਕ ਹੈ ਜੀ ਇਹ ਐਗਜ਼ੈਕਟ ਕੁਸ਼ਣ ਨਹੀਂ ਸਾਨੂੰ ਪਤਾ ਇਹ ਕੀ ਆਇਆ ਸੀ ਇਹ ਦੇਖ ਲਿਓ ਤੁਸੀਂ ਨੈਕਸਟ ਕੁਸ਼ਣ ਇਨਵੈਂਟਰ ਆਫ ਐਚਟੀਐਮਐਲ ਲੈਂਗੁਏਜ ਹਾਂਜੀ ਇਹ ਕੁਝ ਕੰਪਿਊਟਰ ਦੇ ਕੁਸ਼ਣ ਭੇਜੇ ਨੇ ਸਟੂਡੈਂਟਸ ਨੇ ਇਸ ਦਾ ਆਨਸਰ ਆਉਣਾ ਸੀ ਟਿਮ ਬਰਨਰਸਲੀ ਬਰਨਰਸਲੀ ਟਿਮ ਬਰਨਰਸਲੀ ਜਿਹਨੇ ਇਨਵੈਂਟਰ ਕੀਤਾ ਸੀ ਐਚਡੀਐਮਐਲ ਲੈਂਗੁਏਜ ਠੀਕ ਹੈ ਜੀ ਇਸ ਦਾ ਆਨਸਰ ਹੋਣਾ ਟਿਮ ਬਰਨਰਸਲੀ ਨੈਕਸਟ ਕੁਐਸਚਨ ਜੀ ਡਿਫਰੈਂਟ ਇਨ ਐਕਸ ਐਲ ਐਮ ਐਂਡ ਐਚਟੀ ਐਮ ਐਲ ਹਾਂਜੀ ਜਿਹੜੀ ਇਹ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਫੁੱਲ ਫਾਰਮ ਦੱਸ ਦਿੰਨਾ ਜਿਹੜੀ ਐਚਟੀ ਐਮ ਐਲ ਦੀ ਹੁੰਦੀ ਆ ਉਹ ਹੁੰਦੀ ਆ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ ਸਭ ਨੂੰ ਪਤਾ ਹੋਊ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ ਐਕਸ ਐਲ ਐਮ ਦੀ ਹੁੰਦੀ ਆ ਜੀ ਐਕਸਟੈਂਸੀਬਲ ਮਾਰਕਅਪ ਲੈਂਗੁਏਜ ਐਕਸਟੈਂਸੀਬਲ ਮਾਰਕਅਪ ਲੈਂਗੁਏਜ ਠੀਕ ਹੈ ਜੀ ਇਹ ਤੁਹਾਨੂੰ ਯਾਦ ਰੱਖਣਾ ਹੈ ਉਸ ਤੋਂ ਬਾਅਦ ਜਿਹੜਾ ਇਹਨਾਂ ਦੇ ਵਿੱਚ ਡਿਫਰੈਂਸ ਹੁੰਦਾ ਹੈ ਉਹ ਮੈਂ ਤੁਹਾਨੂੰ ਦੱਸ ਦਿੰਨਾ ਜੀ ਜਿਹੜਾ ਹੁੰਦਾ ਹੈ ਐਚਟੀਐਮਐਲ ਉਹ ਤਾਂ ਇੱਕ ਮਾਰਕਅਪ ਲੈਂਗੁਏਜ ਹੁੰਦੀ ਹੈ ਮਾਰਕਅਪ ਲੈਂਗੁਏਜ ਠੀਕ ਹੈ ਜੀ ਜਿਹੜੀ ਐਕਐਲਐਮ ਹੁੰਦੀ ਹੈ ਇੱਕ ਸਟੈਂਡਰਡ ਮਾਰਕਅਪ ਲੈਂਗੁਏਜ ਆ ਸਟੈਂਡਰਡ ਮਾਰਕਅਪ ਲੈਂਗੁਏਜ ਬਾਕੀ ਇਹਨਾਂ ਦੇ ਵਿੱਚ ਬਹੁਤ ਡਿਫਰੈਂਸ ਨੇ ਜੀ ਬਾਕੀ ਤੁਹਾਨੂੰ ਪਤਾ ਨਹੀਂ ਹੁਣ ਆਪਸ਼ਨ ਦੇ ਵਿੱਚ ਕੀ ਦਿੱਤਾ ਹੋਇਆ ਸੀ ਅਗਲਾ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਹੁਣ ਆਪਾਂ ਐਸ ਐਮ ਐਪਲੀਕੇਸ਼ਨ ਇਨ ਡਿਸਟੈਂਸ ਲਰਨਿੰਗ ਹਾਂਜੀ ਇਹ ਵੀ ਸਾਨੂੰ ਐਗਜ਼ੈਕਟ ਕੁਐਸਚਨ ਨਹੀਂ ਪਤਾ ਇਹ ਜੇ ਕਿਸੇ ਨੂੰ ਪਤਾ ਹੋਵੇ ਦੱਸ ਦਿਓ ਕੀ ਕੁਐਸਚਨ ਸੀ ਐਸ ਐਮ ਐਸ ਐਪਲੀਕੇਸ਼ਨ ਇਨ ਡਿਸਟੈਂਸ ਲਰਨਿੰਗ ਇਹ ਹੈ ਦਾ ਕੁਐਸਚਨ ਆਇਆ ਸੀ ਜੇ ਕਿਸੇ ਨੂੰ ਪਤਾ ਹੋਵੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਦਿਓ ਨੈਕਸਟ ਕੁਐਸਚਨ ਸਿਸਟਮ ਬੂਟਿੰਗ ਸਟੋਰੇਜ ਇਜ਼ ਨਾਉਨ ਐਜ਼ हां जी ਇਸ ਦਾ ਆਨਸਰ ਸ਼ਾਇਦ ਹੋਣਾ ਸੀ ਬੂਟ ਔਰ ਯਾ ਸਟਾਰਟ ਅਪ ਠੀਕ ਹੈ ਜੀ ਬੂਟ ਔਰ ਸਟਾਰਟ ਅਪ ਨੈਕਸਟ ਕੁਐਸਚਨ ਪਾਕਿਸਤਾਨ ਰਿਲੀਊਸ਼ਨ ਰੀਸੋਲੂਸ਼ਨ ਡੇ ਕਦੋਂ ਮਨਾਇਆ ਜਾਂਦਾ ਹੈ ਹਾਂ ਜੀ ਪਾਕਿਸਤਾਨ ਦਾ ਰੀਸੋਲੂਸ਼ਨ ਡੇ ਉਹ ਮਨਾਇਆ ਜਾਂਦਾ 23 ਮਾਰਚ ਨੂੰ ਠੀਕ ਹੈ ਜੀ 23 ਮਾਰਚ ਨੂੰ ਇਹ ਕਦੋਂ ਹੋਇਆ ਸਭ ਤੋਂ ਪਹਿਲਾਂ ਕਦੋਂ ਮਨਾਇਆ ਗਿਆ ਸੀ 23 ਮਾਰਚ 1940 ਨੂੰ ਠੀਕ ਹੈ ਜੀ ਬਾਕੀ ਤੋਂ ਉਹ ਡੇਟੇ ਪੁੱਛੀ ਗਈ ਹੋਊ 23 ਦਾ ਅਨਸਰ ਆਉਣਾ ਸੀ 23 ਮਾਰਚ ਠੀਕ ਹੈ ਜੀ ਹੁਣ ਆਪਾਂ ਦੇਖਦੇ ਆਂ ਨੈਕਸਟ ਕੁਐਸ਼ਨ ਨੈਕਸਟ ਕੁਐਸ਼ਨ ਇਹ ਨੇ ਜੋ ਨੇ ਉਹ ਕੱਲ ਦੀ ਸ਼ਿਫਟ ਦੇ ਰਹਿ ਗਏ ਸੀ ਜੀ ਠੀਕ ਹੈ ਜੀ ਉਹ ਕੁਐਸ਼ਨ ਵੀ ਤੁਹਾਨੂੰ ਕਰਾ ਦਿੰਨੇ ਆਂ ਜਿਹੜੇ ਕੱਲ ਪੰਜ ਸੱਤ ਕੁਐਸ਼ਨ ਰਹਿ ਗਏ ਸੀ ਫਰਸਟ ਸ਼ਿਫਟ ਦੇ ਉਹ ਵੀ ਅਸੀਂ ਅੱਜ ਐਂਡ ਦੇ ਵਿੱਚ ਲੈ ਲਏ ਨੇ ਸਭ ਤੋਂ ਪਹਿਲਾਂ ਤਾਂ ਅਟਾਰਨੀ ਜਨਰਲ ਆਫ ਇੰਡੀਆ ਰਿਲੇਟਡ ਕੁਐਸ਼ਨ ਆਇਆ ਸੀ ਇਸ ਦੇ ਬਾਰੇ ਸ਼ਾਇਦ ਪੁੱਛਿਆ ਗਿਆ ਸੀ ਜੋ ਫਰਸਟ ਅਟਾਰਨੀ ਜਨਰਲ ਆਫ ਇੰਡੀਆ ਨੇ ਉਹ ਕੌਣ ਨੇ ਠੀਕ ਹੈ ਜੀ ਜਿਹੜੇ ਫਰਸਟ ਨੇ ਜੀ ਉਹ ਮੈਂ ਤੁਹਾਨੂੰ ਦੱਸ ਦਿੰਨਾ ਫਰਸਟ ਐਮਸੀ ਸਿਤਾਲ ਵੇਦ ਐਮ ਸੀ ਸਿਤਾਲ ਵੇਦ ਫਸਟ ਨੇ ਤੇ ਪ੍ਰੈਜ਼ੈਂਟ ਦਾ ਜੇ ਪੁੱਛਿਆ ਜਾਵੇ ਪ੍ਰੈਜ਼ੈਂਟ ਤਾਂ ਕੇ ਕੇ ਬਿੰਨੂ ਗੋਪਾਲ ਠੀਕ ਹੈ ਜੀ ਪ੍ਰੈਜ਼ੈਂਟ ਦੇ ਕੇ ਕੇ ਬਿੰਨੂ ਗੋਪਾਲ ਨੇ ਜੋ 15ਵੇਂ ਨੇ ਜਰਨਲ ਆਫ ਇੰਡੀਆ ਸੀ ਉਹ ਸੀ ਐਮ ਸੀ ਸਿਤਾਲ ਵੇਦ ਠੀਕ ਹੈ ਜੀ ਕੇ ਕੇ ਗਿੰਨੂ ਬਿੰਨੂ ਗੋਪਾਲ ਨੇ ਜੋ 15ਵੇਂ ਨੇ ਠੀਕ ਹੈ ਜੀ 15ਵੇਂ ਅਟਾਰਨੀ ਜਰਨਲ ਆਫ ਇੰਡੀਆ ਨੇ ਟੌਰਨਿੰਗ ਜਨਰਲ ਆਫ ਇੰਡੀਆ ਹੁੰਦਾ ਕੀ ਹੈ ਜੀ ਇਹ ਇੱਕ ਲੀਗਲ ਐਡਵਾਈਜ਼ਰ ਹੁੰਦਾ ਸਰਕਾਰ ਦਾ ਲੀਗਲ ਐਡਵਾਈਜ਼ਰ ਆਫ ਗਵਰਨਮੈਂਟ ਠੀਕ ਹੈ ਜੀ ਲੀਗਲ ਐਡਵਾਈਜ਼ਰ ਆਫ ਗਵਰਨਮੈਂਟ ਇਹ ਆਰਟੀਕਲ 76 ਦੇ ਵਿੱਚ ਆਉਂਦਾ ਆਰਟੀਕਲ 76 ਠੀਕ ਹੈ ਜੀ ਇਹ ਵੀ ਤੁਹਾਨੂੰ ਯਾਦ ਰੱਖਣਾ ਹੈ ਬਾਕੀ ਇਸ ਦੇ ਰਿਲੇਟਡ ਅੱਗੇ ਵੀ ਤੁਹਾ ਤੋਂ ਕੁਸ਼ਨ ਹੋਰ ਪੁੱਛੇ ਜਾ ਸਕਦੇ ਹਨ ਨੈਕਸਟ ਕੁਸ਼ਨ ਆਪਾਂ ਦੇਖ ਲੈਂਦੇ ਹਾਂ ਜੀ ਪਾਨਾ ਟਾਈਗਰ ਰਿజర్ਵ ਕਿੱਥੇ ਆ ਜਿੰਨੇ ਵੀ ਟਾਈਗਰ ਰਿజర్ਵ ਬਣੇ ਜਾਂ نیشنل پارک ਨੇ ਤੁਸੀਂ ਸਾਰੇ ਯਾਦ ਕਰਕੇ ਜਾਣੇ ਨੇ ਠੀਕ ਹੈ ਜੀ ਇਹ ਪੇਪਰਾਂ ਦੇ ਵਿੱਚ ਹਮੇਸ਼ਾ ਪੁੱਛੇ ਜਾਂਦੇ ਨੇ ਜੋ ਪਾਨਾ ਯੂ ਮੱਧ ਪ੍ਰਦੇਸ਼ ਦੇ ਵਿੱਚ ਆ ਜੀ ਮੱਧ ਪ੍ਰਦੇਸ਼ ਹੋਰ ਮੱਧ ਪ੍ਰਦੇਸ਼ ਦੇ ਵਿੱਚ ਕਿਹੜੇ ਨੇ ਜੀ ਕਾਨਾ ਕਾਨਾ نیشنل پارک ਪੈਂਚ نیشنل پارک ਕਾਨਾ ਪਾਨਾ ਪੈਂਚ ਦੋ ਚਾਰ ਹੋਰ ਨੇ ਜੀ ਮੱਧ ਪ੍ਰਦੇਸ਼ ਦੇ ਵਿੱਚ ਉਹ ਵੀ ਤੁਸੀਂ ਦੇਖ ਲਿਓ ਤੇ ਯਾਦ ਕਰਕੇ ਜਾਣੇ ਨੇ ਸਾਰੇ ਟਾਈਗਰ ਰਿਜ਼ਰਵ ਤੇ ਨੈਸ਼ਨਲ ਪਾਰਕ ਨੈਕਸਟ ਕੁਐਸਚਨ ਇੰਟਰਨੈਸ਼ਨਲ ਚਿਲड्रन ਪੀਸ ਪ੍ਰਾਈਜ਼ 2020 ਹਾਂਜੀ ਇੰਟਰਨੈਸ਼ਨਲ ਚਿਲड्रन ਪੀਸ ਪ੍ਰਾਈਜ਼ 2020 ਇਹ ਮਿਲਿਆ ਸੀ ਸਾਦਤ ਰਹਿਮਾਨ ਨੂੰ ਸਾਦਤ ਰਹਿਮਾਨ ਇਹ ਕਿੱਥੇ ਦੇ ਨੇ ਜੀ ਇਹ ਬੰਗਲਾਦੇਸ਼ ਦੇ ਬੰਗਲਾਦੇਸ਼ ਠੀਕ ਆ ਜੀ ਇਹ ਵੀ ਤੁਹਾਨੂੰ ਯਾਦ ਰੱਖਣਾ ਹੈ ਬੰਗਲਾਦੇਸ਼ ਦੇ ਨੇ ਸਾਦਤ ਰਹਿਮਾਨ ਨੈਕਸਟ ਕੁਐਸਚਨ ਜੀ ਕੌਜ਼ ਆਫ ਮਲੇਰੀਆ ਮਲੇਰੀਆ ਦਾ ਕਾਰਨ ਕੀ ਹੈ ਮਲੇਰੀਆ ਦਾ ਕਾਰਨ ਹੈ ਜੀ ਪ੍ਰੋਟੋਜ਼ੋਆ ਇਸ ਦਾ ਅਨਸਰ ਹੋਣਾ ਸੀ ਪ੍ਰੋਟੋਜ਼ੋਆ ਜੇ ਪੁੱਛਿਆ ਜਾਵੇ ਪ੍ਰੋਟੋਜ਼ੋਆ ਦਾ ਨਾਮ ਪੁੱਛਿਆ ਜਾਵੇ ਤਾਂ ਨਾਮ ਹੋਣਾ ਜੀ ਪਲਾਜ਼ਮੋਡੀਅਮ ਪ੍ਰੋਟੋਜ਼ੋਆ ਪਲਾਜ਼ਮੋਡੀਅਮ ਪ੍ਰੋਟੋਜ਼ੋਆ ਠੀਕ ਹੈ ਜੀ ਮਲੇਰੀਆ ਦਾ ਕਾਰਨ ਹੁੰਦਾ ਪ੍ਰੋਟੋਜ਼ੋਆ ਠੀਕ ਹੈ ਜੀ ਜੇ ਪੁੱਛਿਆ ਜਾਵੇ ਕਿਹੜਾ ਪ੍ਰੋਟੋਜ਼ੋਆ ਤਾਂ ਪਲਾਜ਼ਮੋਡੀਅਮ ਪ੍ਰੋਟੋਜ਼ੋਆ ਨੈਕਸਟ ਕੁਐਸਚਨ ਜੀ ਯੂਨਾਈਟਿਡ ਬੈਂਕ ਕਿਹੜੇ ਬੈਂਕ ਨਾਲ ਮਰਜ ਹੋਇਆ ਸੀ ਹਾਂਜੀ ਇਹ ਹੋਇਆ ਸੀ ਪੰਜਾਬ ਨੈਸ਼ਨਲ ਬੈਂਕ ਨਾਲ ਪੰਜਾਬ ਨੈਸ਼ਨਲ ਬੈਂਕ ਨਾਲ ਹੋਰ ਕਿਹੜਾ ਬੈਂਕ ਹੋਇਆ ਸੀ ਜੀ ओरिएंटਲ ਬੈਂਕ ਆਫ ਕਮਰਸ ओरिएंटਲ ਬੈਂਕ ਆਫ ਕਮਰਸ ਤੇ ਨੈ ਬੈਂਕ ਹੁਣ ਮਿਲ ਕੇ ਕੀ ਬਣ ਗਏ ਪੰਜਾਬ ਨੈਸ਼ਨਲ ਬੈਂਕ ਬਣ ਗਏ ਯੂਨਾਈਟਿਡ ਬੈਂਕ ਆਫ ਇੰਡੀਆ ਪੰਜਾਬ ਨੈਸ਼ਨਲ ਬੈਂਕ ਤੇ ओरिएंटਲ ਬੈਂਕ ਆਫ ਕਮਰਸ ਇਹ ਜੀ ਹੁਣ ਪੰਜਾਬ ਨੈਸ਼ਨਲ ਬੈਂਕ ਬਣ ਗਏ ਪੰਜਾਬ ਨੈਸ਼ਨਲ ਬੈਂਕ ਦਾ ਜੋ ਹੈਡ ਕੁਆਰਟਰ ਹੈ ਉਹ ਹੈਗਾ ਜੀ ਦਿੱਲੀ ਦੇ ਵਿੱਚ ਪੰਜਾਬ ਨੈਸ਼ਨਲ ਬੈਂਕ ਦਾ ਹੈਡ ਕੁਆਰਟਰ ਦਿੱਲੀ ਦੇ ਵਿੱਚ ਤੇ ਇਸ ਦੀ ਸਥਾਪਨਾ ਹੋਈ ਸੀ ਜੀ 12 April 1894 ਦੇ ਵਿੱਚ ਠੀਕ ਹੈ ਜੀ ਕਿਸ ਨੇ ਕੀਤੀ ਸੀ ਇਹ ਕੀਤੀ ਸੀ ਦਿਆਲ ਸਿੰਘ ਮਜੀਠੀਆ ਦਿਆਲ ਸਿੰਘ ਮਜੀਠੀਆ ਤੇ ਲਾਲਾ ਲਾਜਪਤ ਰਾਏ ਨੇ ਠੀਕ ਹੈ ਜੀ ਲਾਲਾ ਲਾਜ ਪਤਰਾਏ ਠੀਕ ਹੈ ਜੀ ਇਹਨਾਂ ਨੇ ਇਸ ਦੀ ਸਥਾਪਨਾ ਕੀਤੀ ਸੀ ਤੇ ਜੇ ਤੁਤ ਐਮੜੀ ਪੁੱਛੇ ਜਾਣ ਐਮੜੀ ਕੌਣ ਨੇ ਜੀ ਐਮੜੀ ਹੈਗੇ ਨੇ ਜੀ ਐਮੜੀ ਐਸ ਅਸਮ ਮਲਿਕਾ ਅਰਜੁਨ ਮਲਿਕਾ अर्जुन ए आमड़ी ने जी ਹੁਣ ਪੰਜਾਬ ਨੈਸ਼ਨਲ ਬੈਂਕ ਦੇ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਹੁਣ ਆਪਾਂ ਰਜੀਵ ਗਾਂਧੀ ਕਿਸਾਨ ਯੋਜਨਾ ਕਿਸ ਸਟੇਟ ਨੇ ਸ਼ੁਰੂ ਕੀਤੀ ਸੀ ਹਾਂਜੀ ਰਜੀਵ ਗਾਂਧੀ ਜੋ ਕਿਸਾਨ ਕਿਸਾਨ ਯੋਜਨਾ ਇਹ ਕੀਤੀ ਸੀ ਛੱਤੀਸਗੜ ਨੇ ਛੱਤੀਸਗੜ ਨੇ ਛੱਤੀਸਗੜ ਦੀ ਜੋ ਰਾਜਧਾਨੀ ਆ ਜੀ ਉਹ ਰਾਏਪੁਰ ਠੀਕ ਆ ਜੀ ਤੇ ਛੱਤੀਸਗੜ ਦੇ ਸੀਐਮ ਨੇ ਜੋ ਬੁਪੇਸ਼ ਬੁਪੇਸ਼ ਬੇ ਬੇਗਲ ਦੋ ਪੇਸ਼ ਬੇਗਲ ਠੀਕ ਹੈ ਜੀ ਇਹ ਵੀ ਤੁਹਾਨੂੰ ਯਾਦ ਰੱਖਣਾ ਹੈ ਨੈਕਸਟ ਕੁਐਸਚਨ ਜੀ ਦਿੱਲੀ ਨੂੰ ਨਾਰਥ-ਵੈਸਟ ਪੰਜਾਬ ਵਿੱਚ ਕਦੋਂ ਮਿਲਾਇਆ ਗਿਆ ਹਾਂਜੀ ਦਿੱਲੀ ਨੂੰ ਜੋ ਨਾਰਥ-ਵੈਸਟ ਪੰਜਾਬ ਵਿੱਚ ਮਿਲਾਇਆ ਗਿਆ ਸੀ ਉਹ ਮਿਲਾਇਆ ਗਿਆ ਸੀ 1858 ਦੇ ਵਿੱਚ ਠੀਕ ਹੈ ਜੀ ਨੈਕਸਟ ਕੁਐਸਚਨ ਸਭਿਧਾਨ ਸਭਾ ਦਾ ਗਠਨ ਕਿਸ ਦੀ ਸਿਫਾਰਸ਼ਾਂ ਤੇ ਹੋਇਆ ਹਾਂਜੀ ਸਭਿਧਾਨ ਸਭਾ ਦਾ ਜੋ ਗਠਨ ਸੀ ਉਹ ਹੋਇਆ ਸੀ ਕੈਬਨਟ ਮਿਸ਼ਨ ਪਲਾਨ ਠੀਕ ਹੈ ਜੀ ਜੋ ਕੈਬਨਟ ਮਿਸ਼ਨ ਪਲਾਨ ਸੀ ਉਸ ਦੀ ਸਿਫਾਰਸ਼ਾਂ ਦੇ ਕੈਬਨਟ ਮਿਸ਼ਨ ਪਲਾਨ ਠੀਕ ਹੈ ਜੀ ਇਸ ਦੇ ਹੈੱਡ ਕੌਣ ਸੀ ਹੈੱਡ ਧੀ ਲੌਰੈਂਸ ਲੌਰੈਂਸ ਦੇ ਹੈੱਡ ਸੀ ਠੀਕ ਹੈ ਜੀ ਇਹ ਵੀ ਯਾਦ ਰੱਖਣਾ ਤੁਹਾਨੂੰ ਨੈਕਸਟ ਕੁਐਸਚਨ ਇੱਕ ਗ੍ਰੀਨ ਰੈਵਿਊਲੇਸ਼ਨ ਰਿਲੇਟਡ ਕੁਐਸਚਨ ਆਇਆ ਸੀ ਇਹ ਪੁੱਛਿਆ ਗਿਆ ਸੀ ਤੁਹਾਨੂੰ ਐਚਵਾਈਬੀ ਸੀਡਸ ਬਾਰੇ ਪੁੱਛਿਆ ਗਿਆ ਸੀ ਐਚਵਾਈ ਦੀ ਸੀਡਸ ਇਹ ਐਚਵਾਈਬੀ ਸੀਡਸ ਹੁੰਦੇ ਨੇ ਜੀ ਠੀਕ ਆ ਜੀ ਹਾਈ ਵੈਰਾਈਟੀ ਦੇ ਹਾਈ ਜਾਈਡਿੰਗ ਵੈਰਾਈਟੀ ਸੀਡਸ ਹੁੰਦੇ ਨੇ ਹਾਈ ਜਾਈਡਿੰਗ ਵੈਰਾਈਟੀ ਸੀਡਸ ਇਹ ਕੀ ਆ ਜੀ ਇਹ ਜਿਹੜੇ ਸੀਡਸ ਸੀ ਇਹ ਬੀਜ ਸੀ ਇਹ ਫੋਰਨ ਤੋਂ ਮੰਗਾਈ ਗਏ ਸੀ ਤੇ ਜਿਹੜਾ ਇਹਦਾ ਪ੍ਰਯੋਗ ਕੀਤਾ ਗਿਆ ਸੀ ਉਹ ਪ੍ਰਯੋਗ ਇਸਦਾ ਸਫਲ ਰਿਹਾ ਤੇ ਇਸ ਤੋਂ ਬਾਅਦ 1966 ਸਾਹੜ ਦੇ ਵਿੱਚ ਜੋ ਹਰੀ ਕ੍ਰਾਂਤੀ ਹੈ ਗ੍ਰੀਨ ਰੈਵਿਊਸ਼ਨ ਉਸ ਨੂੰ ਅਪਣਾਇਆ ਗਿਆ ਜੇ ਫਾਦਰ ਆਫ ਗ੍ਰੀਨ ਰੈਵਿਊਸ਼ਨ ਪੁੱਛਿਆ ਜਾਵੇ ਇੰਡੀਆ ਦੇ ਵਿੱਚ ਫਾਦਰ ਆਫ ਗ੍ਰੀਨ ਰੈਵਿਊਸ਼ਨ ਇਨ ਇੰਡੀਆ ਠੀਕ ਹੈ ਜੀ ਕੌਣ ਨੇ ਉਹ ਐਮ ਐਸ ਸੁਆਮੀ ਨਾਥਨ ਐਮ ਐਸ ਸੁਆਮੀ ਨਾਥਨ ਸੁਆਮੀ ਨਾਥਨ ਠੀਕ ਹੈ ਜੀ ਇਹ ਵੀ ਤੁਹਾਨੂੰ ਯਾਦ ਰੱਖਣਾ ਹੈ ਨੈਕਸਟ ਕੁਐਸਚਨ ਆਪਾਂ ਦੇਖਦੇ ਹਾਂ ਜੀ ਨੈਕਸਟ ਕੋਸ਼ਨ ਪੁੱਛਿਆ ਗਿਆ ਸੀ ਮਾਰਬਲ ਕਿੱਥੇ ਪਾਈ ਜਾਂਦੇ ਹਨ ਹਾਂਜੀ ਮਾਰਬਲ ਨੇ ਜੋ ਇਹ ਚਟਾਨ ਹੈ ਜੀ ਕਾਰਟਨਖਾਨ ਚਟਾਨ ਦੇ ਵਿੱਚ ਪਾਈ ਜਾਂਦੇ ਨੇ ਕਾਰਟਨਖਾਨ ਇਸ ਦਾ ਆਨਸਰ ਤੁਹਾਨੂੰ ਦਿੱਤਾ ਹੋਇਆ ਸੀ ਆਪਸ਼ਨ ਦੇ ਵਿੱਚ ਤੇ ਇਸ ਦਾ ਆਨਸਰ ਹੋਣਾ ਸੀ ਕਾਰਟਨਖਾਨ ਠੀਕ ਹੈ ਜੀ ਇਹ ਕੁਸ਼ਨ ਆਪਣੇ ਜੀਕੇ ਦੇ ਕੁਸ਼ਨ ਹੋ ਗਏ ਜੀ ਕੰਪਲੀਟ ਬਾਕੀ ਤੁਹਾਨੂੰ ਮੈਥ ਦੇ ਮੈਂ ਪਹਿਲੀ ਵੀਡੀਓ ਦੇ ਵਿੱਚ ਦੱਸੇ ਦਿੱਤਾ ਸੀ ਕਿ ਸਾਰੇ ਟੌਪਿਕ ਪਰਸੈਂਟੇਜ ਹੋਗੇ ਠੀਕ ਹੈ ਜੀ ਪਰਸੈਂਟੇਜ ਰੇਸ਼ੋ ਟਾਈਮ ਡਿਸਟੈਂਸ ਟਾਈਮ ਐਂਡ ਵਰਕ ਠੀਕ ਹੈ ਜੀ ਬਾਕੀ ਆਪਣੇ ਮੈਂਸੂਰੇਸ਼ਨ ਹੋ ਗਿਆ ਜਿੰਨੇ ਵੀ ਸਾਰੇ ਟੌਪਿਕ ਨੇ ਸਾਰੇ ਕਰਕੇ ਜਾਓ ਸਾਰਿਆਂ ਦੇ ਵਿੱਚੋਂ ਆ ਰਿਹਾ ਬਾਕੀ ਰੀਜ਼ਨਿੰਗ ਦੇ ਵਿੱਚੋਂ ਕੋਡਿੰਗ ਡੀਕੋਡਿੰਗ ਹੋ ਗਿਆ ਜੀ ਆਪਣਾ ਐਨਾਲੋਗੀ ਹੋ ਗਈ ਠੀਕ ਹੈ ਜੀ ਪਜਲ ਹੋ ਗਏ ਜਿੰਨੇ ਵੀ ਟੌਪਿਕ ਨੇ ਸਾਰਿਆਂ ਜੋ ਇੱਕ ਇੱਕ ਦੇ ਦੋ ਦੋ ਕੁਸ਼ਣ ਪੁੱਛਿਆ ਜਾ ਰਿਹਾ ਹੈ ਬਾਕੀ ਜੋ ਇੰਗਲਿਸ਼ ਤੇ ਪੰਜਾਬੀ ਆ ਰਹੀ ਹੈ ਜੀ ਉਹ ਸਿੰਪਲ ਆ ਰਹੀ ਹੈ ਠੀਕ ਹੈ ਜੀ ਬਾਕੀ ਜਿੰਨੇ ਕੁਸ਼ਣ ਸਾਡੇ ਕੋਲ ਜੇ ਇਸ ਸ਼ਿਫਟ ਦੇ ਜੋ 7 ਸਤੰਬਰ ਨੂੰ ਪੇਪਰ ਹੋਏ ਸੀ 2-4 ਪ੍ਰੇਸ਼ਾਨ ਰਾਤ ਨੂੰ ਆਏ ਨੇ ਉਹ ਤੁਹਾਨੂੰ ਮਤਲਬ ਅਗਲੀ ਵੀਡੀਓ ਦੇ ਵਿੱਚ ਦੱਸ ਦਵਾਂਗੇ ਬਾਕੀ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਭ ਤੋਂ ਪਹਿਲਾਂ ਤਾਂ ਜੀ ਉਹ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਾ ਲਿਓ ਤਾਂ ਜੋ ਸਾਡੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਉਸ ਤੋਂ ਬਾਅਦ ਤੁਸੀਂ ਜੇਕਰ ਕੁਝ ਪੁੱਛਣਾ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਸਾਨੂੰ ਪੁੱਛ ਸਕਦੇ ਹੋ ਬਾਕੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੇ ਵੀਡੀਓ ਵਧੀਆ ਲੱਗੀ ਹਰ ਟੀਚਰ ਤੁਹਾਡੇ ਲਈ ਮਿਹਨਤ ਕਰਦਾ ਇਸ ਕਰਕੇ ਜੇਕਰ ਤੁਹਾਨੂੰ ਵੀਡੀਓ ਕਿਸੇ ਵੀ ਟੀਚਰ ਦੀ ਮੇਰੀ ਨਿਕਲੇ ਦੀ ਕਿਸੇ ਵੀ ਟੀਚਰ ਦੀ ਵਧੀਆ ਲੱਗੇ ਤਾਂ ਲਾਈਕ ਕਮੈਂਟ ਉਹਦੇ ਜਰੂਰ ਕਰ ਦਿਆ ਕਰੋ ਬਾਕੀ ਜਿਨ੍ਹਾਂ ਜਿਨ੍ਹਾਂ ਨੇ ਵੀਡੀਓ ਪੂਰੀ ਦੇਖੀ ਉਹਨਾਂ ਦਾ ਧੰਨਵਾਦ ਤੇ ਆਉਣ ਵਾਲੀਆਂ ਅਗੀਆਂ ਸ਼ਿਫਟ ਦੇ ਵਿੱਚ ਤੇ ਅੱਗੇ ਪੇਪਰਾਂ ਦੇ ਵਿੱਚ ਜਿਨ੍ਹਾਂ ਨੇ ਫਾਰਮ ਭਰੇ ਨੇ ਹੈੱਡ ਕਨਸਟੇਬਲ ਕਨਸਟੇਬਲ ਦੇ ਜੀ ਉਹਨਾਂ ਸਾਰਿਆਂ ਨੂੰ ਬੈਸਟ ਆਫ ਲੱਕ ਥੈਂਕ ਯੂ ਜੀ